ਮੈਨੂੰ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਹੈ ਕਿ ਪੰਥ ਦੀ ਬਹੁਤ ਹੀ ਮਹਾਨ ਸ਼ਖਸੀਅਤ, ਕੌਮ ਦੇ ਅਨਮੋਲ ਹੀਰੇ, ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਸਾਨੂੰ ਸਦੀਵੀ ਨੂੰ ਛੋੜ ਦੇ ਗਏ। ਬੜਾ ਵੱਡਾ ਘਟਨਾ ਹੈ। ਪਰ ਉਸ ਤੋਂ ਵੀ ਵੱਧ ਮੈਨੂੰ ਦੁੱਖ ਇਸ ਗੱਲ ਦਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਵਾਸਤੇ ਜਿਸ ਤਰੀਕੇ ਸ਼ਮਸ਼ਾਨ ਘਾਟ ਨੂੰ ਖੋਲ੍ਹਣ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਮੈਂ ਸਮਝਦਾ ਕਿ ਇਸ ਘਟਨਾ ਨੇ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ। ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਔਰਤ ਦੀ ਡੈਥ ਹੋਈ, ਉੱਥੇ ਵੀ ਇਸ ਤਰ੍ਹਾਂ ਦਾ ਕਾਰਨਾਮਾ ਹੋਇਆ। ਫਿਰੋਜ਼ਪੁਰ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ, ਉੱਥੇ ਵੀ ਪੁਲਿਸ ਨੂੰ ਬੜੀ ਮਿਹਨਤ ਕਰਕੇ 3 ਸ਼ਮਸ਼ਾਨ ਘਾਟ ਬਦਲ ਕੇ ਉਹਦਾ ਸੰਸਕਾਰ ਕਰਨਾ ਪਿਆ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅਸੀਂ ਇਨਸਾਨੀਅਤ ਤੋਂ ਬਹੁਤ ਨੀਚੇ ਗਿਰ ਰਹੇ। ਮੌਤਾਂ ਇਸ ਬਿਮਾਰੀ ਤੋਂ ਪਹਿਲਾਂ ਵੀ ਕਦੀ ਬੰਦ ਨਹੀਂ ਹੋਈਆਂ, ਇਸ ਤੋਂ ਬਾਅਦ ਵੀ ਬੰਦ ਨਹੀਂ ਹੋਈ। ਇਹ ਇੱਕ ਅਟਲ ਸੱਚਾਈ ਹੈ। ਠੀਕ ਹੈ ਕਿ ਇਹਦੇ ਤੋਂ ਬਚਣ ਵਾਸਤੇ, ਪਰਹੇਜ਼ ਕਰਨ ਵਾਸਤੇ ਸਰਕਾਰਾਂ ਨੇ ਕੁਛ ਪਾਬੰਦੀਆਂ ਲਾਈਆਂ, ਪਰ ਮੈਂ ਸਮਝਦਾ ਕਿ ਜੋ ਵਿਵਹਾਰ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਇਨਸਾਨ ਜਿਹਨੇ ਸਾਰੀ ਉਮਰ ਸਾਨੂੰ ਸ਼੍ਰੀ ਹਰਿਮੰਦਰ ਸਾਹਿਬ ਦੀ ਹਾਜ਼ਰੀ ਭਰ ਕੇ ਗੁਰਬਾਣੀ ਦੇ ਨਾਲ ਜੋੜਿਆ, ਸਾਰੀ ਦੁਨੀਆ ਦੇ ਵਿੱਚ ਘੁੰਮ ਕੇ ਜ਼ਿੰਦਗੀ ਦੀ ਇਸ ਅਟਲ ਸੱਚਾਈ ਤੋਂ ਸਾਨੂੰ ਜਾਣੂ ਕਰਵਾਇਆ, ਅੱਜ ਅਸੀਂ ਉਹਨਾਂ ਦੇ ਨਾਲ ਜੋ ਕੁਛ ਉਹਨਾਂ ਦੇ ਜਾਣ ਤੋਂ ਬਾਅਦ ਕਰ ਰਹੇ ਹਾਂ, ਇਹ ਬਹੁਤ ਹੀ ਮਹੱਤਵਪੂਰਨ ਹੈ। ਮੈਂ ਸਮਝਦਾ ਕਿ ਨਗਰ ਵਾਲਿਆਂ ਨੂੰ ਫਿਰ ਸੋਚਣਾ ਚਾਹੀਦਾ। ਇਸ ਘਟਨਾ ਦੇ ਨਾਲ ਸਾਰੀ ਉਮਰ ਉਹਨਾਂ ਦੇ ਨਗਰ ਨੂੰ ਪਛਤਾਉਣਾ ਪਏਗਾ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਮੌਤਾਂ ਦੇ ਵਿੱਚ ਸਾਨੂੰ ਵਹਿਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਡਾਕਟਰਾਂ ਦੀ ਟੀਮ ਪੂਰੇ ਇਤਿਹਾਦ ਦੇ ਨਾਲ ਸਾਰੇ ਜਿਹੜੇ ਆ ਉਹ ਕਾਲ ਕੋਲ ਖੜਕੇ ਕਰਾਉਂਦੀ ਆ। ਤੁਸੀਂ ਸ਼ਾਮਿਲ ਹੋਣਾ ਨਹੀਂ ਹੋਣਾ ਇਹ ਤੁਹਾਡੀ ਮਰਜ਼ੀ ਹੈ, ਪਰ ਘੱਟੋ ਘੱਟ ਸ਼ਮਸ਼ਾਨ ਘਾਟ ਦੇ ਗੇਟ ਬੰਦ ਕਰਕੇ ਇਸ ਤਰ੍ਹਾਂ ਦੇ ਕਾਰਨਾਮੇ ਕਰਨੇ, ਇਹ ਬਹੁਤ ਹੀ ਮਾੜੀ ਗੱਲ ਹੈ। ਇਹਦੇ ਤੋਂ ਸਾਨੂੰ ਸਾਰਿਆਂ ਨੂੰ